ਸਤਿ ਸ਼੍ਰੀ ਅਕਾਲ ਵੀਰ, ਅੱਜ ਦੇ ਇਸ ਵਲੌਗ ਦੇ ਵਿੱਚ ਅਸੀਂ ਜਗਵੀਰ ਭਾਈ ਨਾਲ ਗੱਲ ਕਰਾਂਗੇ ਕਿ ਇਹ ਸਪੈਸ਼ਲ ਟਰੈਕਿੰਗ ਜਿਹੜੀ ਹੈਗੀ ਆ, ਹੈਵੀ ਟਰੈਕਿੰਗ, ਐਕਸਟਰਾ ਹੈਵੀ, ਇਹ ਉਹ ਵਾਲੀ ਟਰੈਕਿੰਗ ਕਰਦੇ ਨੇ ਜਿਹੜੀ ਕਿ ਨਾਰਮਲ ਲੋਡ ਦੇ ਵਿੱਚ ਨਹੀਂ ਆਉਂਦੀ, ਅਤੇ ਅਸੀਂ ਇਹਨਾਂ ਦੇ ਕੰਮ ਦੇ ਬਾਰੇ 'ਚ ਇਹਨਾਂ ਕੋਲ ਪੁੱਛਾਂਗੇ, ਤੁਹਾਨੂੰ ਤੁਹਾਡੇ ਨਾਲ ਵੀ ਡਿਸਕਸ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ? ਠੀਕ ਠਾਕ ਵਧੀਆ, ਸ਼ੁਕਰ ਆ ਮਾਲਕ ਦਾ। ਤੁਸੀਂ ਥੱਕੇ ਹੋਏ ਤੇ ਹੋ, ਰਾਤ ਦੇ 2 ਵਜੇ ਡੇ, ਲੇਕਿਨ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲਬਾਤ ਕਰ ਲਈਏ। ਕੋਈ ਗੱਲ ਨਹੀਂ, ਮੁਸ਼ਕਿਲ ਨਹੀਂ। ਅੱਛਾ, ਇਹ ਦੱਸੋ ਕਿੰਨੇ ਅਰਸੇ ਤੋਂ ਇਹ ਕੰਮ ਕਰ ਰਹੇ ਹੋ? ਮੈਨੂੰ 11 ਸਾਲ ਹੋ ਗਏ। 11 ਸਾਲ ਹੋ ਗਏ, ਇੰਡੀਆ 'ਚ ਵੀ ਕਰਦੇ ਰਹੇ ਹੋ ਜਾਂ ਇੱਥੇ? ਨਹੀਂ, ਇੱਥੇ ਕੀਤਾ ਇਹ ਹੈ। ਅੱਛਾ, ਗਲਫ ਦੇ ਵਿੱਚ ਆ ਕੇ ਸਿੱਖਿਆ ਵੀ ਇੱਥੇ ਦੇ ਇੱਥੇ? ਕਿਵੇਂ ਇੰਜੋਏ ਕਰ ਰਹੇ ਹੋ? ਇੰਜੋਏ ਫੁੱਲ ਕਰ ਰਹੇ ਹਾਂ ਜੀ, ਇੰਜੋਏ ਵੀ ਕਰ ਰਹੇ ਹਾਂ, ਘਰ ਵੀ ਚਲਾ ਰਹੇ ਹਾਂ, ਸਭ ਕੁਝ ਸਹੀ ਹੈ। ਮਕਸਦ ਅੱਛਾ, ਮਾਸ਼ਾਅੱਲਾ, ਬਹੁਤ ਸ਼ੁਕਰ ਹੈ ਮਾਲਕ ਦਾ ਜੀ, ਬਿਹਤਰੀਨ ਚੱਲ ਰਿਹਾ। ਤੇ ਤੁਸੀਂ ਗਲਫ ਦੇ ਵਿੱਚ ਕਿਹੜੇ ਕਿਹੜੇ ਕੰਟਰੀ 'ਚ ਕੰਮ ਕਰ ਚੁੱਕੇ ਹੋ? ਮੈਂ ਜੀ ਪਹਿਲਾ ਵੀਜ਼ਾ ਮੇਰਾ ਇਹੀ ਦੁਬਈ ਦਾ ਹੀ ਸੀਗਾ। ਅੱਛਾ, ਇੱਥੋਂ ਮੈਂ ਸਾਊਦੀਆ ਵੀ ਗਿਆ ਵਾਂ, ਕਤਰ ਵੀ ਗਏ ਹਾਂ, ਤੇ ਓਮਾਨ ਨੂੰ ਵੀ ਆਉਂਦੇ ਰਿਹਾ ਸੀ, ਤੇ ਹੁਣ ਤੇ ਮੈਂ ਬਾਅਦ ਵਿੱਚ ਵੀਜ਼ਾ ਚੇਂਜ ਕਰਾ ਲਿਆ, ਓਮਾਨ ਆ ਗਿਆ ਸੀਗਾ। ਅੱਛਾ, ਹੁਣ ਤੁਸੀਂ ਓਮਾਨ 'ਚ? ਜੀ, ਹੁਣ ਮੇਰਾ ਵੀਜ਼ਾ ਓਮਾਨ ਦਾ। ਅੱਛਾ, ਇਸ ਲੋਡ ਦੇ ਬਾਰੇ ਦੱਸੋਗੇ ਕੀ ਤੁਸੀਂ ਲੈ ਕੇ ਆਏ ਹੋ? ਤੇ ਇਹ ਜੀ ਮਲਟੀ ਐਕਸਲ ਟ੍ਰੇਲਰ ਆ ਸਾਡਾ, ਹੈਵੀ ਟ੍ਰੇਲਰ। ਅੱਛਾ, ਇਹ ਆਮ ਟ੍ਰੇਲਿਆਂ ਵਰਗਾ ਨਹੀਂ ਆ, ਇਹਦੇ ਵਾਸਤੇ ਡਰਾਈਵਰ ਵੀ ਜੋ ਸਪੈਸ਼ਲ, ਨੋਰਮਲ ਡਰਾਈਵਰ ਨਹੀਂ ਚਲਾ ਜਾਏਗਾ ਥੋੜ੍ਹਾ, ਲੇਕਿਨ ਐਕਸਪੀਰੀਅੰਸ ਹਿਸਾਬ ਨਾਲ ਚਲਾਉਂਦਾ ਰਹੇਗਾ ਫਿਰ ਚਲਾ ਲੇਗਾ। ਸਪੈਸ਼ਲ ਕਿਸਮ ਦਾ ਆਪਰੇਟਿੰਗ ਜੀ 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 ਜੀ। ਅੱਛਾ, ਇਹ ਦੱਸੋ ਤੁਸੀਂ ਕਿ ਇਹਦੇ ਜਿਹੜਾ ਹੈਵੀ ਟ੍ਰੇਲਰ ਆ, ਸਪੈਸ਼ਲ ਟ੍ਰੇਲਰ ਆ, ਜੀ, ਨੋਰਮਲ ਟ੍ਰੇਲਰ ਆ ਜੀ, ਜ਼ਾਹਿਰ ਹੈ ਤੁਹਾਡਾ ਕੰਮ ਤਾਂ ਥੋੜ੍ਹਾ ਜਿਹਾ ਮੁਸ਼ਕਲ ਆ ਜੀ, ਲੇਕਿਨ ਇਹਦੇ 'ਚ ਕੀ ਫਰਕ ਹੈਗਾ? ਮਕਸਦ ਕੀ ਡਿਫਰੈਂਸ? ਇਹ ਦੂਸਰੇ ਜੀ ਨੋਰਮਲ ਟ੍ਰੇਲੇ ਆ ਜਾਂਦੇ ਨੇ, ਇਹ ਹੈਵੀ ਆ ਥੋੜਾ ਟ੍ਰੇਲਰ, ਇਹਦੇ 'ਚ ਹਾਈਡ੍ਰੋਲਿਕ ਦਾ ਪੂਰਾ ਕੰਮ ਆ। ਅੱਛਾ, ਇਹਦੇ ਵਿੱਚ ਜੈਕਿੰਗ ਦਾ ਵੀ ਕੰਮ ਵਿੱਚ ਇਹ ਆ ਜਾਂਦਾ, ਕਰੇਨ ਦੀ ਵੀ ਨਹੀਂ ਲੋੜ ਪੈਂਦੀ। ਸਹੀ ਹੈ, ਇਹ ਲੋਡਿੰਗ ਵੀ ਅਸੀਂ ਆਪ ਕਰ ਸਕਦੇ ਹਾਂ, ਆਫ ਲੋਡਿੰਗ ਵੀ ਕਰ ਸਕਦੇ ਇਸ ਟਰਾਲੇ ਤੇ। ਸਹੀ ਸਹੀ ਜੀ, ਇਹ ਟਰਾਲੇ ਦੇ ਵਿੱਚ ਇਹ ਫਰਕ ਹੈ ਜੀ ਦੂਸਰੇ ਟਰਾਲੇ ਨਾਲ। ਅਕਸਰ ਆਪਰੇਟਿੰਗ ਦੇ ਵਿੱਚ ਵੀ ਜ਼ਾਹਰ ਸਪੀਡ ਵਗੈਰਾ ਦਾ ਵੀ ਤੁਹਾਨੂੰ ਖਿਆਲ ਰੱਖਣਾ ਪੈਂਦਾ। ਜੀ ਜੀ, ਲਾਜ਼ਮ ਇਹ ਹੈਵੀ ਲੋਡ ਦੇ ਹਿਸਾਬ ਨਾਲ ਜੀ, ਜਿੰਨਾ ਲੋਡ ਜ਼ਿਆਦਾ ਹੋਵੇ ਉਸ ਹਿਸਾਬ ਨਾਲ ਸਪੀਡ ਦਾ ਵੀ ਹੁੰਦਾ ਵਾ। ਅੱਛਾ ਜੀ, ਇਹ ਸਪੈਸ਼ਲ ਪਰਮਿਸ਼ਨ ਸ਼ੁਰੂ ਤੇ ਨਾਲ ਹੁੰਦੇ ਨੇ ਜੀ। ਅੱਛਾ, ਸਪੋਰਟ ਵਗੈਰਾ ਕਰਦੇ ਜੀ? ਸਪੋਰਟ ਵਗੈਰਾ ਇਹ ਬਹੁਤ ਸੇਫਟੀ ਨਾਲ ਚਲਾਉਣਾ ਪੈਂਦਾ ਜੀ। ਸਹੀ ਹੈ, ਸੇਫਟੀ ਦੀ ਪੂਰੀ ਰੱਖਣੀ ਪੈਂਦੀ। ਅੱਛਾ, ਇਹ ਦੱਸੋ ਕਿ ਜ਼ਿਆਦਾਤਰ ਦੇਖਿਆ ਕਿ ਚੜ੍ਹਦਾ ਪੰਜਾਬ ਹੋਵੇ ਜਾਂ ਲਹਿੰਦਾ ਇੰਡੀਆ ਜਾਂ ਪਾਕਿਸਤਾਨ ਜੀ, ਇਹ ਜ਼ਿਆਦਾਤਰ ਆਪਣੇ ਭਰਾ ਜਿਹੜੇ ਆ ਇਹ ਟਰੈਕਿੰਗ ਦੇ ਵਿੱਚ ਆ, ਇਹ ਕੋਈ ਆਪਣੇ 'ਚ ਜਰਾਸੀਮ ਆ ਜਾਂ ਵੈਸੇ ਕੀ? ਵੈਸੇ ਵੀ ਆਪਾਂ ਤੁਹਾਨੂੰ ਪਤਾ ਆਪਣੇ ਪੰਜਾਬੀਆਂ ਨੂੰ ਸ਼ੌਂਕ ਆ ਜੀ ਇਹ ਚੀਜ਼ ਦਾ, ਡਰਾਈਵਿੰਗ ਦਾ। ਡਰਾਈਵਿੰਗ ਉੱਥੇ ਵੀ ਤੁਹਾਨੂੰ ਪਤਾ ਕਿਸੇ ਨੇ ਟਰੈਕਟਰ ਟਰਾਲੀ ਚਲਾਉਂਦੇ ਨੇ ਕੋਈ, ਡਰਾਈਵਿੰਗ ਦਾ ਆਪਣੇ ਪੰਜਾਬੀਆਂ ਨੂੰ ਤਾਂ ਸ਼ੌਂਕ ਹੀ ਸ਼ੌਂਕ ਹੈ। ਸਹੀ ਜੀ, ਸ਼ੌਂਕ ਨਾਲ ਜ਼ਿਆਦਾ ਕਰ ਇਹ ਕੰਮ ਕਰਦੇ ਨੇ। ਅੱਛਾ, ਐਂਡ ਤੇ ਇੱਕ ਸਵਾਲ ਹੈ ਕਿ ਜਿਹੜੇ ਸਾਡੇ ਨਵੇਂ ਭਰਾ ਇਸ ਕੰਮ ਦੇ ਵਿੱਚ ਆਉਣਾ ਚਾਹੁੰਦੇ ਆ, ਖਾਸ ਤੌਰ ਤੇ ਗਲਫ ਦੇ ਵਿੱਚ, ਵੈਸੇ ਕੈਨੇਡਾ ਦੇ ਵਿੱਚ ਤੇ ਇੱਧਰ ਉੱਧਰ ਵੀ ਆਪਣੇ ਕਾਫੀ ਪੰਜਾਬੀ ਭਰਾ ਹੈਗੇ ਨੇ, ਲੇਕਿਨ ਖਾਸ ਤੌਰ ਤੇ ਗਲਫ ਦੇ ਵਿੱਚ ਜਿਹੜੇ ਆ ਕੇ ਲਾਇਸੈਂਸ ਲੈਣਾ ਚਾਹੁੰਦੇ ਆ, ਇੱਥੇ ਕੰਮ ਕਰਨਾ ਚਾਹੁੰਦੇ ਆ, ਕੀ ਤੁਸੀਂ ਉਹਨਾਂ ਵਾਸਤੇ ਮੈਸੇਜ ਦਿਓਗੇ? ਅੱਛਾ ਕੰਮ ਉਹਨਾਂ ਨੂੰ ਕਰਨਾ ਚਾਹੀਦਾ ਵਾ, ਜਾਂ ਮਕਸਦ ਹੈ ਵੀ ਕਿ ਮੁਸ਼ਕਲ ਆ, ਜਾਂ ਅਗਰ ਉਹ ਕਰਨਾ ਚਾਹੁੰਦੇ ਤਾਂ ਉਹਨਾਂ ਨੂੰ ਕੀ ਕੀ ਕਰਨਾ ਚਾਹੀਦਾ? ਦੇਖੋ ਜੀ, ਕੰਮ ਤੇ ਕੋਈ ਵੀ ਹੈ ਜੋ ਕੰਮ ਤੇ ਹਰ ਕੋਈ ਅੱਛਾ ਹੀ ਹੁੰਦਾ। ਸਹੀ ਹੈ, ਠੀਕ ਹੈ ਜੀ, ਲੇਕਿਨ ਆਪਣੇ ਮਾਇੰਡ ਦੇ ਵਿੱਚ ਵੀ ਹੋਣਾ ਚਾਹੀਦਾ ਵੀ ਅਸੀਂ ਇਹ ਕੰਮ ਕਰਨਾ ਤੇ ਇਹੀ ਕਰਨਾ। ਜੀ ਬਿਲਕੁਲ ਜੀ, ਸਹੀ ਹੈ ਜੀ। ਮੈਂ ਤੇ ਆਇਆ ਸੀ ਇੱਥੇ ਪਹਿਲਾਂ ਲੇਬਰ 'ਚ ਆਇਆ ਸੀਗਾ, ਤੇ ਸ਼ੌਂਕ ਮੈਨੂੰ ਡਰਾਈਵਰੀ ਦਾ ਸੀਗਾ। ਅੱਛਾ, ਸਹੀ ਹੈ। ਫਿਰ ਇੱਥੇ ਆ ਕੇ ਮੈਂ ਲਾਇਸੈਂਸ ਬਣਾਇਆ, ਫਿਰ ਮੈਂ ਡਰਾਈਵਰੀ 'ਚ ਲਾ ਗਿਆ। ਸਹੀ, ਤੇ ਕੰਮ ਤੇ ਹਰ ਕੋਈ ਸਹੀ ਹੁੰਦਾ ਜੀ, ਮੈਂ ਤੇ ਕਹਿੰਦਾ ਵੀ ਹਰ ਇੱਕ ਨੂੰ ਮਨ ਲਾ ਕੇ ਕੰਮ ਕਰਨਾ ਚਾਹੀਦਾ, ਤੇ ਘਰਦਿਆਂ ਦਾ ਵੀ ਪਿੱਛੇ ਵੀ ਖਿਆਲ ਰੱਖਣਾ ਚਾਹੀਦਾ। ਗਲਫ ਦੇ ਵਿੱਚ ਆਏ ਆ ਤੇ ਇੱਥੇ ਡਿਊਟੀ ਕਰਨ ਆਏ ਆ ਤੇ ਇੱਥੇ ਡਿਊਟੀ ਕਰਨੀ ਚਾਹੀਦੀ ਆਪਾਂ ਨੂੰ। ਜੀ ਜੀ, ਪੈਸਾ ਕਮਾਉਣਾ ਹੈ ਜੀ ਜੀ। ਅੱਛਾ, ਪੈਸਾ ਚੰਗਾ ਬਣ ਜਾਂਦਾ? ਸ਼ੁਕਰ ਹੈ ਜੀ ਮਾਲਕ ਦਾ, ਬਸ ਦਾਣਾ ਪਾਣੀ ਚੱਲੀ ਜਾ ਰਿਹਾ ਜੀ। ਚਲੋ ਜੀ ਜੀ, ਬਹੁਤ ਚਲੋ, ਠੀਕ ਹੈ ਜਨਾਬ ਤਕਵੀਰ ਭਾਈ, ਬਹੁਤ ਸ਼ੁਕਰੀਆ, ਥੈਂਕ ਯੂ, ਥੈਂਕ ਯੂ ਜੀ, ਮਿਹਰਬਾਨੀ, ਆਰਾਮ ਕਰੋ ਤੁਸੀਂ ਹੁਣ। ਓਕੇ ਓਕੇ। ਲਓ ਜੀ, ਤੁਸੀਂ ਜਗਵੀਰ ਭਾਅ ਜੀ ਦਾ ਇੰਟਰਵਿਊ ਦੇਖ ਲਿਆ ਜੀ, ਤੇ ਆਹ ਹੁਣ ਤੁਹਾਨੂੰ ਇਹਨਾਂ ਦਾ ਟਰਾਲਾ ਵੀ ਦਿਖਾਉਂਦੇ, ਮਲਟੀ ਐਕਸਲ ਟਰਾਲਾ, 6 ਐਕਸਲ ਆ ਜੀ। ਇਹਦੇ ਉੱਤੇ ਜਿਹੜਾ ਲੋਡ ਪਾਇਆ ਇਹਨਾਂ ਨੇ ਉਹ 80 ਟਨ ਰਾਉਂਡ ਬੋਰਡ ਦੇ ਵਿੱਚੋਂ ਅਸੀਂ ਮੁੜਨ ਡਏ ਹਾਂ ਅਤੇ ਤੁਹਾਨੂੰ ਹੁਣ ਅਸੀਂ ਦਿਖਾਉਂਦੇ ਹਾਂ। ਇਹ ਇਹਨਾਂ ਨੇ ਅਬੂਧਾਬੀ ਤੋਂ ਲੋਡ ਕਰਕੇ ਅਤੇ ਅਲੈਨ, ਉਸ ਤੋਂ ਬਾਅਦ ਫਿਰ ਇਹਨਾਂ ਨੇ ਅੱਗੇ ਓਮਾਨ ਜਾਣਾ। ਇਹ 4 ਦਿਨ ਦਾ ਇਹਨਾਂ ਦਾ ਟ੍ਰਿਪ ਹੁੰਦਾ ਜੀ, ਅਤੇ ਰਾਤ ਦੇ ਟਾਈਮ ਇਹਨਾਂ ਨੂੰ, ਕਿਉਂਕਿ ਇਹਨਾਂ ਨੂੰ ਪਰਮਿਸ਼ਨ ਰਾਤ ਦੇ ਟਾਈਮ ਮਿਲਦੀ ਹੈ, ਰਾਤ ਦੇ ਟਾਈਮ ਨਿਕਲਣਾ ਪੈਂਦਾ, ਉਹ ਪਿੱਛੇ ਇਸ ਤਰ੍ਹਾਂ ਸਪੈਸ਼ਲ ਐਸਕੋਰਟ ਕਰਨੀ ਪੈਂਦੀ ਹੈ। ਚਲੋ ਜੀ, ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਭਾਅ ਜੀ ਇਹਨੂੰ ਲਾਈਕ ਕਰੋ, ਸ਼ੇਅਰ ਕਰੋ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ।